मैं हाँ जसनूर धवन। वड्डा अपडेट पंजाब लई, वड्डा दिन है अज। पंजाब दे 16वें मुख्यमंत्री चरणजीत चन्नी ने मुख्यमंत्री वजो सहु चुक ली है। सहु चुक समागम चल रहा है 11 बजे का समय से सहु चुकी जानी सी। डिप्टी सीएम भी नाल मौजूद ने। पंजाब का पहला मुख्यमंत्री जो दलित सिख चेहरा रहेगा। वड्डा अपडेट, दो दिन की सियासी हलचल चल रही थी, समझ नहीं आ रहा सिगा, रेस विच नाम भी नहीं सिगा चरणजीत चन्नी का, बट कल ऐलान होंदे, हाईकमान वालों मोहर ला दी जाती है। चरणजीत चन्नी पंजाब के नवे मुख्यमंत्री वजो उन्होंने सहु चुक ली है। सहु चुक समागम होया, डिप्टी सीएम भी उत्थे मौजूद ने। पता लगेगा हाल ही दे विच कि कौन है डिप्टी सीएम। ब्रह्मिंद्रा का नाम सामने आ रहा है, सुखजिंदर रंधावा का नाम सामने आ रहा है, पर उस तो बाद ओपी सोनी का हुण हाल ही दे विच नाम सामने आया। हुण अपने दर्शकों नूं वड्डा अपडेट दे दईए कि चरणजीत सिंह चन्नी ने 16वें मुख्यमंत्री वजों सहु चुक ली है पंजाब दे, ते नाल ही डिप्टी सीएम वजों सुखजिंदर रंधावा ने भी सहु चुक ली है। चर्चा चल रही थी कि जिस ढंग दे नाल घटनाक्रम जिहड़े कांग्रेस दे विच तेजी नाल चेंज हो रहे थे, जिस ढंग दे नाल हरीश रावत ने एक ट्वीट किया कि 2022 दे विच कांग्रेस चोणां जिहड़ियां ने नवजोत सिंह सिद्धू दे ਵਾਈ ਦੇ ਵਿੱਚ ਲੜੇਗੀ, ਤਾਂ ਹਰੀਸ਼ ਰਾਵਤ ਦੇ ਟਵੀਟ ਤੋਂ ਬਾਅਦ ਸੁਨੀਲ ਜਾਖੜ ਦਾ ਟਵੀਟ ਆ ਗਿਆ ਕਿ ਇਸ ਤਰ੍ਹਾਂ ਨਹੀਂ ਕਿ ਤੁਸੀਂ ਇਸ ਤਰ੍ਹਾਂ ਬਿਆਨ ਕਿਵੇਂ ਦੇ ਸਕਦੇ ਹੋ। ਇੱਕ ਪਾਸੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾ ਰਹੀ ਹੈ, ਦੂਜੇ ਪਾਸੇ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੀ ਗੱਲ ਕਰ ਰਹੇ ਹੋ, ਤਾਂ ਦੱਸ ਦਈਏ ਕਿ ਇਸ ਵੇਲੇ 16ਵੇਂ ਮੁੱਖ ਮੰਤਰੀ ਵਜੋਂ ਤੇ ਨਾਰਥ ਇੰਡੀਆ ਦੇ ਅਤੇ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਲਈ ਹੈ, ਅਤੇ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਡਿਪਟੀ ਸੀਐਮ ਵਜੋਂ ਸਹੁੰ ਚੁੱਕ ਰਹੇ ਨੇ। ਤਾਂ ਜਿਸ ਦੇ ਨਾਲ ਹੁਣ ਅਗਲਾ ਇੱਕ ਜਿਹੜੀ ਸਸਪੈਂਸ ਹੈ ਉਹ ਵੀ ਜਲਦੀ ਦੂਰ ਹੋ ਜਾਏਗੀ ਕਿ ਓਪੀ ਸੋਨੀ ਜਾਂ ਬ੍ਰਹਮਹਿੰਦਰਾ, ਕਿਉਂਕਿ ਬ੍ਰਹਮਹਿੰਦਰਾ ਦਾ ਨਾਮ ਹੈ ਜਿਹੜਾ ਬੀਤੀ ਰਾਤ ਤੋਂ ਪਵਨ ਬੰਸਲ ਜਿਹੜੇ ਕੇਂਦਰੀ ਮੰਤਰੀ ਰਹੇ ਨੇ ਉਹਨਾਂ ਨੇ ਟਵੀਟ ਕਰਕੇ ਦੱਸ ਦਿੱਤਾ ਸੀਗਾ, ਪਰ ਉਸ ਤੋਂ ਬਾਅਦ ਜਿਹੜੀ ਅੱਜ ਦੀ ਸਵੇਰ ਦੀ ਚਰਚਾ ਕਿ ਉਪ ਮੁੱਖ ਮੰਤਰੀ ਜਿਹੜਾ ਇਹ ਓਪੀ ਸੋਨੀ ਨੂੰ ਵੀ ਬਣਾਇਆ ਜਾ ਸਕਦਾ ਹੈ, ਤਾਂ ਅੰਮ੍ਰਿਤਸਰ ਤੋਂ ਵਿਧਾਇਕ ਨੇ ਅਤੇ ਨਾਲ ਹੀ ਕੈਬਨਿਟ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਵਿੱਚ ਉਹ ਮੰਤਰੀ ਰਹੇ ਨੇ। ਤਾਂ ਹੁਣ ਬਸ ਥੋੜ੍ਹੀ ਦੇਰ ਦੇ ਵਿੱਚ ਹੀ ਜਿਹੜੀ ਹੈ ਇਹ ਸਸਪੈਂਸ ਆ ਇਹ ਖਤਮ ਹੋਣ ਵਾਲੀ ਹੈ, ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਨੇ ਉਪ ਮੁੱਖ ਮੰਤਰੀ ਬਣ ਚੁੱਕੇ ਨੇ। ਬਗਾਵਤ 2.0 ਦਾ ਨਾਮ ਦਿੱਤਾ ਜਾ ਰਿਹਾ, ਕਿਹਾ ਜਾ ਰਿਹਾ ਕਿ ਪਹਿਲੇ ਜਿਹੜੀ ਹਲਚਲ ਮਚਾਈ ਗਈ ਸੀ ਉਹ ਪਹਿਲੇ ਸੀਐਮ ਨੂੰ ਲੈ ਕੇ ਚੱਲ ਰਹੀ ਸੀਗੀ, ਤਾਂ ਚਰਨਜੀਤ ਚੰਨੀ ਦਾ ਨਾਮ ਡਿਪਟੀ ਸੀਐਮ ਵਜੋਂ ਸਾਹਮਣੇ ਆ ਰਿਹਾ ਸੀਗਾ, ਸੀਐਮ ਵਜੋਂ ਨਾਮ ਵੀ ਨਹੀਂ ਸਾਹਮਣੇ ਆਇਆ, ਸੁਖਜਿੰਦਰ ਰੰਧਾਵਾ ਸੁਨੀਲ ਜਾਖੜ ਦਾ ਨਾਮ ਸਾਹਮਣੇ ਆ ਰਿਹਾ ਸੀ, ਤਾਂ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਸਿਆਸੀ ਹਲਚਲ ਲਗਾਤਾਰ ਬਰਕਰਾਰ ਹੈ। ਅਤੇ ਇਸ ਦੇ ਨਾਲ ਹੀ ਵੱਡਾ ਅਪਡੇਟ ਵੀ ਤੁਹਾਨੂੰ ਸਾਂਝਾ ਕੀਤਾ ਸੀ ਕਿ ਜਾਖੜ ਦੇ ਭਤੀਜੇ ਵੱਲੋਂ ਅਸਤੀਫਾ ਦਿੱਤਾ ਗਿਆ, ਹਾਲਾਂਕਿ ਕਿਸ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਇਸ ਦੇ ਬਾਰੇ ਕੋਈ ਖੁਲਾਸਾ ਨਹੀਂ ਹੋਇਆ, ਸਪਸ਼ਟ ਨਹੀਂ ਹੋਇਆ। ਪਰ ਵੱਡਾ ਅਪਡੇਟ ਪੰਜਾਬ ਦੇ 16ਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਹੁੰ ਚੁੱਕ ਲਈ ਹੈ, ਸਹੁੰ ਚੁੱਕ ਸਮਾਗਮ ਚੱਲ ਰਿਹਾ, ਨਾਲ ਹੀ ਬ੍ਰਹਮਹਿੰਦਰਾ ਦਾ ਕੀ ਅਪਡੇਟ ਆਏਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਸੁਖਜਿੰਦਰ ਰੰਧਾਵਾ ਵੱਲੋਂ ਡਿਪਟੀ ਸੀਐਮ ਵਜੋਂ ਸਹੁੰ ਚੁੱਕ ਲਈ ਗਈ ਹੈ, ਤਾਂ ਵੱਡਾ ਅਪਡੇਟ ਦਰਸ਼ਕਾਂ ਦੇ ਲਈ। ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ, ਸਾਰਿਆਂ ਦੀਆਂ ਸਿਆਸੀ ਹਲਚਲ ਚੱਲ ਰਹੀ ਸੀ, ਨਜ਼ਰਾਂ ਟਿਕੀਆਂ ਹੋਈਆਂ ਸਨ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ, ਸਾਰੇ ਦੇਖ ਰਹੇ ਸੀ ਕਿ ਹੁਣ ਪੰਜਾਬ ਦੀ ਕਮਾਨ ਕੌਣ ਸਾਂਭੇਗਾ, ਰਾਜ ਗੱਦੀ ਕਿਸਦੇ ਨਾਮ ਹੋਵੇਗੀ, ਤਾਂ ਵੱਡਾ ਅਪਡੇਟ ਸਾਂਝਾ ਕਰਨ ਜਾ ਰਹੇ ਹਾਂ। ਬਿਲਕੁਲ, ਵੱਡਾ ਅਪਡੇਟ ਹੈ ਕਿ ਓਪੀ ਸੋਨੀ ਜਿਹੜੇ ਨੇ ਉਹ ਅਗਲੇ ਡਿਪਟੀ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਬਣ ਚੁੱਕੇ ਨੇ, ਦੋ ਡਿਪਟੀ ਮੁੱਖ ਮੰਤਰੀ ਪੰਜਾਬ ਦੇ ਬਣ ਚੁੱਕੇ ਨੇ, ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੇ ਕੱਲ੍ਹ ਤੱਕ ਨਾਮ ਦੀ ਚਰਚਾ ਸੀਗੀ ਕਿ ਉਹ ਮੁੱਖ ਮੰਤਰੀ ਬਣਨਗੇ, ਅਤੇ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ, ਅਤੇ ਬ੍ਰਹਮਹਿੰਦਰਾ ਦੀ ਜਗ੍ਹਾ ਓਪੀ ਸੋਨੀ ਨੂੰ, ਹਾਲਾਂਕਿ ਬ੍ਰਹਮਹਿੰਦਰਾ ਵੀ ਇੱਕ ਹਿੰਦੂ ਚਿਹਰਾ ਸੀਗੇ, ਪਰ ਓਪੀ ਸੋਨੀ ਕਿਉਂਕਿ ਥੋੜ੍ਹਾ ਜਿਹਾ ਇਹ ਵੀ ਖਿਆਲ ਰੱਖਿਆ ਗਿਆ ਕਿ ਸਿਹਤ ਜਿਹੜੀ ਆ ਉਹ ਬ੍ਰਹਮਹਿੰਦਰਾ ਦੀ ਉਹ ਨਾਸਾਜ ਰਹਿੰਦੀ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਦੇਰ ਫੋਰਟਿਸ ਹਸਪਤਾਲ ਦੇ ਵਿੱਚ ਵੀ ਰਹੇ, ਬਿਮਾਰ ਰਹੇ, ਤਾਂ ਹੁਣ ਓਪੀ ਸੋਨੀ ਨੂੰ ਜਿਹੜਾ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਗਿਆ, ਅਤੇ ਪਹਿਲੀ ਵਾਰ ਹੈ ਜਸਨੂਰ ਕੇ ਦੋ ਡਿਪਟੀ ਸੀਐਮ ਪੰਜਾਬ ਦੇ ਵਿੱਚ ਬਣਾਏ ਗਏ ਨੇ, ਇੱਕ ਹਿੰਦੂ ਚਿਹਰਾ ਬਣਾਇਆ ਗਿਆ, ਇੱਕ ਜੱਟ ਸਿੱਖ ਚਿਹਰਾ ਬਣਾਇਆ ਗਿਆ, ਅਤੇ ਜਿਹੜਾ ਸੀਐਮ ਹੈ ਉਹ ਦਲਿਤ ਮੁੱਖ ਮੰਤਰੀ। ਹਾਲਾਂਕਿ ਇਸ ਗੱਲ ਦੀ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਚਰਚਾ ਹੈ ਕਿ ਸਿਰਫ ਇਸ ਨੂੰ ਇਹ ਨਾ ਲਿਆ ਜਾਵੇ, ਕਿਉਂਕਿ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਸਫ਼ਰ ਹੈ, ਚਾਹੇ ਉਹ ਸਿਆਸੀ ਸਫ਼ਰ ਹੈ, ਚਾਹੇ ਉਹਨਾਂ ਦਾ ਇੱਕ ਗੁਰਬਤ ਦੀ ਜ਼ਿੰਦਗੀ ਵਾਲਾ ਸਫ਼ਰ ਹੈ, ਅਤੇ ਚਾਹੇ ਪੜ੍ਹਾਈ ਲਿਖਾਈ ਦਾ ਸਫ਼ਰ ਹੈ, ਇੱਕ PhD ਤੱਕ ਦੀ ਡਿਗਰੀ ਉਹਨਾਂ ਨੇ MBA ਤੱਕ ਦੀ ਡਿਗਰੀ ਜਿਹੜੀ ਆ ਉਹ ਕੀਤੀ ਹੈ, ਬਿਲਕੁਲ ਹੁਣ ਤੱਕ ਉਹ ਪੜ੍ਹਦੇ ਰਹੇ ਨੇ, ਜਿਹੜਾ ਹਾਲ ਹੀ ਦੇ ਵਿੱਚ ਜਦੋਂ ਮੰਤਰੀ ਸੀਗੇ, ਬਿਲਕੁਲ ਜਦੋਂ ਹੁਣ ਤੱਕ ਉਹ ਪੜ੍ਹਦੇ ਰਹੇ ਨੇ, ਅਤੇ ਉਹਨਾਂ ਨੇ ਹਾਲ ਹੀ ਦੇ ਵਿੱਚ MBA ਅਤੇ PhD ਦੀ ਡਿਗਰੀ ਵੀ ਜਿਹੜੀ ਆ ਕੀਤੀ ਹੈ, ਅਤੇ ਇਹ ਵੀ ਦੱਸਦੀ ਆਪਣੇ ਦਰਸ਼ਕਾਂ ਨੂੰ ਕਿ ਬੇਹੱਦ ਆਮ ਸਧਾਰਨ ਪਰਿਵਾਰ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਉੱਠਦੇ ਨੇ, ਉਹਨਾਂ ਦੇ ਪਿਤਾ ਜਿਹੜੇ ਨੇ ਉਹ ਮਲੇਸ਼ੀਆ ਚਲੇ ਜਾਂਦੇ ਨੇ, ਮਲੇਸ਼ੀਆ ਤੋਂ ਵਾਪਸ ਆ ਕੇ ਖਰੜ ਦੇ ਵਿੱਚ ਇੱਕ ਟੈਂਟ ਦੀ ਦੁਕਾਨ ਕਰਦੇ ਨੇ, ਅਤੇ ਪੜ੍ਹਾਈ ਦੇ ਦੌਰਾਨ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਆਪਣੇ ਪਿਤਾ ਜੀ ਨਾਲ ਟੈਂਟ 'ਤੇ ਕੰਮ ਵੀ ਕਰਦੇ ਨੇ, ਅਤੇ ਇਹ ਕਿਹਾ ਜਾ ਰਿਹਾ ਕਿ ਟੈਂਟ ਬੁਆਏ ਤੋਂ CM ਤੱਕ ਦਾ ਸਫ਼ਰ ਹੈ ਚਰਨਜੀਤ ਸਿੰਘ ਚੰਨੀ ਨੇ ਉਹ ਤੈਅ ਕੀਤਾ। ਇਹ ਨਹੀਂ, 3 ਵਾਰ MC ਰਹੇ, MC ਅਤੇ CM, ਇਹ ਬਹੁਤ ਵੱਡਾ ਫਾਸਲਾ ਹੈ ਇਸ ਦੇ ਵਿੱਚ, ਪਰ ਚਰਨਜੀਤ ਸਿੰਘ ਚੰਨੀ ਨੇ ਤੈਅ ਕਰ ਲਿਆ ਹੈ। ਕੌਂਸਲਰ ਬਣੇ ਖਰੜ ਤੋਂ, ਨਗਰ ਕੌਂਸਲ ਦੇ ਵਿੱਚ, ਫਿਰ ਖਰੜ ਨਗਰ ਕੌਂਸਲ ਦੇ ਹੀ ਚਰਨਜੀਤ ਸਿੰਘ ਚੰਨੀ ਪ੍ਰਧਾਨ ਬਣਦੇ ਨੇ। ਪ੍ਰਧਾਨ ਬਣਨ ਤੋਂ ਬਾਅਦ 2007 ਦੇ ਵਿੱਚ ਕੰਟੈਸਟ ਕਰਦੇ ਨੇ,
कांग्रेस तो टिकट मंगते हैं, कांग्रेस टिकट नहीं दिंदी हैगी। 2007 आजाद चोण लड़ते हैं, पांच वार की विधायक अकाली दल की सतवंत कौर संधु उन्होंने मात देंगे ने। पहली बार विधायक बन के विधानसभा पहुँचते हैं 2007 तो बाद 2012 आता 2012 कांग्रेस पार्टी की टिकट तो चोण लड़ते हैं। कांग्रेस पार्टी की टिकट लड़न तो बाद 2017 टिकट तो चोण लड़ते हैं, फिर जितते हैं। 2016 उन्होंने सुनील जाखड़ की थान पर जोड़ा विधायक दल का विरोधी धिर का नेता भी जोड़ा बनाया जाता है। तो चरणजीत सिंह चन्नी जोड़े ने चाहे एक सधारण परिवार तो आए पर उन्होंने जिस ढंग तरक्की की है वह काबिले तारीफ है। तो अज वह पंजाब के 16वें मुख्यमंत्री वजो तो इतिहास भी रचा जा रहा है कि नॉर्थ इंडिया जे एंड के हरियाणा दा राजस्थान पंजाब हिमाचल कदे भी एक बार भी अजिहा नहीं होया कि ऐसी नू किसे नू सीएम बनाया गया होवे। ते कांग्रेस भी कह रही है कि 75 साल के इतिहास के 1947 तो बाद जदों तो देश आज़ाद होया कोई भी जिहड़ा दलित भाईचारे का सीएम नहीं बनया। तो मिथ नू तोड़िया गया है, हालांकि इसनों इस तरह ना लिया जाए 34% आबादी है पंजाब दे विच, पर इस दे बावजूद एक दूजा जिहड़ा चेहरा है कि चरणजीत सिंह चन्नी काबिलियत भी रखते हैं। सिर्फ ये नहीं कि वो इस भाईचारे को बिलोंग करते हैं, इस तरह नहीं है, उन्होंने अपने आप को प्रूव किया है। कहते हैं कि वक्त बदलते वक्त नहीं लगता, दो रातों के चरणजीत चन्नी की भी किस्मत बदल गई पूरी तरह, जिस तरह उन्होंने बेटिया ने भी जिक्र किया कि असी कभी सोचा भी नहीं कि इस तरह किस्मत बदलेगी, बदलाव आएगा। तो नाल ही अज सीएम की सहु तो चुकनी सी, सवेरे भी इतिहास रचता, पहली बार होया कि सीएम की सिक्योरिटी को मना करते गुरुद्वारा कतलगढ़ साहब नतमस्तक हुए बाबा साहब। आप गड्डी चला के चरणजीत सिंह चन्नी अपनी धर्मपत्नी के परिवार के नाल गुरुद्वारा श्री कतलगढ़ साहब पहुंचे, ये भी इतिहास दस दें श्री चमकौर साहब का, जिथे वड्डे साहिबजादे श्री गुरु गोबिंद सिंह जी के लखते जिगर ते चमकौर की गढ़ी के 40 सिंघां ने 10 लाख की जिहड़ी एक असामी जंग इस नूं कहा जांदा उस फौज के नाल मुगल फौज के नाल टाकरा किया, तो उस वेले उत्थे ही शहादतां दित्तियां। उत्थे ही जिहड़ा गुरद्वारा कतलगढ़ साहिब है उस थां ते चरणजीत सिंह चन्नी क्योंकि उस सीट तो जितते ने 3 बार विधायक बने ने, तो वह अपना फर्ज समझते हुए एक परमात्मा का शुकराना करन लई वो उत्थे गए। तो विदाउट सिक्योरिटी उन्होंने खुद गड्डी चलाई, सिक्योरिटी भावें हुण क्योंकि सीएम जिहड़े ने बन जा रहे सी जां हुण बन चुके ने जरूरी हुंदा सुरक्षा के लिहाज के नाल, पर वो खुद गड्डी चला के गए ते उन्होंने सिक्योरिटी वाले नूं परे कीता ते आप गड्डी चला के एक सधारण व्यक्ति दे वांग गुरु घर दे विच नतमस्तक होए, जिस तों बाद होर भी कई धार्मिक स्थानां ते गए। उस तों बाद वो चंडीगढ़ खरड़ पहुँचते हैं, उन्हां दी रिहायश खरड़ है, जिसनूं यह भी दस दिए कि उन्हां दे पुत्तर दा जिहड़ा विआह है वो पहलां ही 10 तरीक नूं निश्चित हैगा है। हालांकि यह भी गल चल रही है कि जिहड़ी आउण वाली बहुती हैगी वह भी करमा वाली है कि हुण उहदे उहदा जिहड़ा विआह है वह सीएम के पुत्तर दे नाल होण जा रहा है। एकदम ही पूरा समा बदल गया, तो थोड़ा एक वड्डा अपडेट फिर दे दें, 16वें मुख्यमंत्री चरणजीत चन्नी ने 100 चक लिए, तो नाल ही ओपी सोनी ते सुखजिंदर रंधावा डिप्टी सीएम रहेंगे। पहली बार होएगा कि पंजाब दे दो डिप्टी सीएम होंगे, तो इतिहास विच पंजाब दे इतिहास विच पहली बार मुख्यमंत्री दे चेहरे वजो एक दलित सिख नूं चुनिया गया। तो वड्डा अपडेट दर्शकों के नाल साझा कर रहे हैं, होर भी अपडेट्स थोड़े नाल साझिया करती रहांगे। तो पहली थोड़ा तस्वीर भी दिखावांगे कि तस्वीर चल रही ने, 100 चुक समागम चल रहे, तस्वीर भी दिखावांगे। तो हाल ही नवे अपडेट के फिर हाजिर होवांगे।